Good morning, myself Amit Walia. I am principal of Gyan Jyoti Government School, Sanatanmundi. As you know, the school is closed due to pandemic, but it is adversely affecting the students. And it is a humble request to reopen the school as the school assures the safety of students and the students can study in a disciplined way. ਸਤਿ ਸ਼੍ਰੀ ਅਕਾਲ ਜੀ ਕਦੋਂ ਡਿੱਠੀ ਹੈ ਕਿਸੇ ਨੇ ਹੋਂਦ ਵਾਦੀ ਬਿਨਾਂ ਕੰਡਿਆਂ ਕਿੱਕਰਾਂ ਵੇਰੀਆਂ ਵੇ ਉਸਦੀਆਂ ਛੱਲਾਂ ਨੇ ਸਦਾ ਸਾਗਰਾਂ 'ਚੋਂ ਮਾਰੂ ਫਲਾਂ 'ਚੋਂ ਸਦਾ ਹਨੇਰੀਆਂ ਵੇ ਸੋ ਅੱਜ ਇਹ ਜ਼ਰੂਰੀ ਹੈ ਕਿ ਰਾਜਨੀਤਿਕ ਇਕੱਠ ਨਾਲੋਂ ਸਿੱਖਿਅਕ ਸੰਸਥਾਵਾਂ ਖੁੱਲ੍ਹੀਆਂ ਜਾਣ ਕਿਉਂਕਿ ਸਿੱਖਿਅਤ ਲੋਕ ਹੀ ਸਹੀ ਲੋਕਤੰਤਰ ਸਿਰ ਸਕਦੇ ਹਨ ਅਤੇ ਅਨਪੜ੍ਹ ਲੋਕ ਤਾਂ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਨਹੀਂ ਹੁੰਦੇ ਸੋ ਸਾਡੀ ਅਪੀਲ ਹੈ ਕਿ ਜਲਦੀ ਤੋਂ ਜਲਦੀ ਸਕੂਲ ਅਤੇ ਕਾਲਜ ਖੁੱਲ੍ਹੇ ਜਾਣ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੇ ਵਿਦਿਅਕ ਸੰਸਥਾਨ ਆ ਉਹਨਾਂ ਨੂੰ ਖੋਲ੍ਹਿਆ ਜਾਣਾ ਅਤਿ ਜ਼ਰੂਰੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਅੱਜ ਰਾਜਨੀਤਿਕ ਰੈਲੀਆਂ 'ਚ ਤਾਂ ਲੋਕ ਬੜੇ ਹੁੰਮਾ ਹੁੰਮਾ ਕੇ ਪਹੁੰਚ ਰਹੇ ਨੇ ਬੜੇ ਵੱਡੇ ਇਕੱਠ ਹੋ ਰਹੇ ਨੇ ਪਰ ਸਾਡੇ ਸਕੂਲ ਕਾਲਜ ਅਤੇ ਵਿੱਦਿਆ ਸੰਸਥਾਨ ਖਾਲੀ ਪਏ ਨੇ ਸੋ ਮੈਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜਾ ਵਿੱਦਿਅਕ ਤਾਣਾ ਸਿਰਜ ਰਹੇ ਹਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਸਨੂੰ ਕਿਉਂ ਖਰਾਬ ਕਰ ਰਹੇ ਹਾਂ ਬੱਚਿਆਂ ਨੇ ਆਉਣ ਵਾਲੇ ਭਵਿੱਖ ਨੂੰ ਦਾਅ 'ਤੇ ਲਾ ਕੇ ਅਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਾਂ ਸੋ ਮੇਰੀ ਇਹੀ ਅਪੀਲ ਆ ਕਿ ਸਕੂਲ ਕਾਲਜਾਂ ਨੂੰ ਜਲਦੀ ਤੋਂ ਜਲਦੀ ਖੋਲ੍ਹ ਕੇ ਬੱਚਿਆਂ ਨੂੰ ਦੁਬਾਰਾ ਤੋਂ ਸਿੱਖਿਅਤ ਹੋਣ ਵੱਲ ਅਗ੍ਰਸਰ ਕੀਤਾ ਜਾਵੇ ਮੈਂ ਚਾਹਤੀ ਹੂੰ ਕਿ ਬੱਚੇ ਸਕੂਲ ਆਏ ਵੋਟੋ ਕੇ ਸਾਥ ਸਾਥ ਵੋਟੇ ਵੀ ਜ਼ਰੂਰੀ ਹੈ ਲੇਕਿਨ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਜਬ ਤੱਕ ਬੱਚੇ ਸਕੂਲ ਨਹੀਂ ਆਏਗੇ ਉਹ ਪ੍ਰੋਪਰ ਪੜ੍ਹ ਨਹੀਂ ਪਾਏਗੇ ਨੋ ਡਾਊਟ ਵੀ ਆਰ ਗਿਵਿੰਗ ਦੈਮ ਔਨਲਾਈਨ ਕਲਾਸਿਸ ਔਨਲਾਈਨ ਕਲਾਸਿਸ ਚੱਲ ਰਹੀ ਹੈ ਲੇਕਿਨ ਬਹੁਤ ਸੇ ਬੱਚੇ ਪੂਰੀ ਤਰੀਕੇ ਸੇ ਔਨਲਾਈਨ ਕਲਾਸਿਸ ਕਾ ਫਾਇਦਾ ਜਿਤਨਾ ਉਨਕੋ ਕਲਾਸ ਮੇ ਫਾਇਦਾ ਮਿਲਤਾ ਵੋ ਨਹੀਂ ਉਠਾ ਪਾਤੇ ਤੋ ਜਬ ਸਭ ਕੁਛ ਖੁੱਲ੍ਹਾ ਹੈ ਮਾਰਕੀਟਸ ਆਰ ਓਪਨ ਨਾ ਸਭ ਜਗ੍ਹਾ ਖੁੱਲ੍ਹੀ ਹੈ ਬੱਸਿਸ ਚੱਲ ਰਹੀ ਹੈ ਤੋ ਸਕੂਲ ਬੱਸਿਸ ਕਿਉਂ ਨਹੀਂ ਜਿਤਨੇ ਵੀ ਮੈਰਿਜ ਪੈਲੇਸਿਸ ਹੈ ਲੋਕ ਜਾ ਸਕਤੇ ਹੈ ਤੋ ਕਲਾਸਿਸ ਮੇ ਤੋ ਬੱਚੋਂ ਕਾ ਨੰਬਰ ਵੈਸੇ ਹੀ ਬਹੁਤ ਥੋੜ੍ਹਾ ਹੋਤਾ ਤੋ ਚਾਹੀਏ ਕਿ ਸਕੂਲ ਖੋਲ੍ਹੇ ਤਾਂ ਕਿ ਬੱਚੋਂ ਕੀ ਐਜੂਕੇਸ਼ਨ ਖਰਾਬ ਨਾ ਹੋ ਔਰ ਆਗੇ ਆਉਣ ਵਾਲੀ ਪੀੜ੍ਹੀ ਜੋ ਹੈ ਵੋ ਸਫ਼ਰ ਨਾ ਕਰੇ ਸਕੂਲਸ ਖੋਲ੍ਹਣੇ ਬਹੁਤ ਜ਼ਰੂਰੀ ਹੈ ਬੱਚੇ ਸਿਰਫ ਪੜ੍ਹਨੇ ਹੀ ਨਹੀਂ ਆਤੇ ਉਨਕੋ ਇਮੋਸ਼ਨਲੀ ਔਰ ਸੋਸ਼ਲੀ ਔਲਸੋ ਦੇ ਨੀਡ ਟੂ ਡਿਵੈਲਪ ਬੱਚੇ ਯਹਾਂ ਪੇ ਆ ਕੇ ਆਪਣੇ ਫਰੈਂਡਸ ਕੇ ਸਾਥ ਖੁਸ਼ ਰਹਤੇ ਹੈ ਬਹੁਤ ਸੀ ਅਦਰ ਐਕਟੀਵਿਟੀਜ਼ ਦੇ ਆਰ ਲਰਨਿੰਗ ਜੋ ਘਰ ਮੇ ਬੈਠ ਕੇ ਬੱਚੇ ਐਕਟੀਵਿਟੀਜ਼ ਨਹੀਂ ਕਰ ਸਕਦੇ ਤੋ ਕੀ ਡਿਮਾਂਡ ਕਰਦੇ ਜੀ ਤੁਸੀਂ ਸਰਕਾਰ ਤੋਂ ਮੈਂ ਚਾਹਤੀ ਹੂੰ ਕਿ ਸਰਕਾਰ ਕੋ ਇਸ ਬਾਰੇ ਮੇ ਸੋਚਣਾ ਚਾਹੀਏ ਔਰ ਬੱਚੋਂ ਕੋ ਸਕੂਲ ਆਨੇ ਕੀ ਪਰਮਿਸ਼ਨ ਦੇ